ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਰ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਵਿੱਚ 1980ਆਂ ਤੇ 90ਆਂ ਦੇ ਦੌਰ ਵਿੱਚ ਜਦੋਂ ਕਿ ਹਕੂਮਤੀ ਜ਼ਬਰ ਦੀ ਚੱਕੀ ਵਿੱਚ ਪੰਜਾਬ ਵਾਸੀ ਆਮ ਕਰਕੇ ਅਤੇ ਸਿੱਖ ਖਾਸ ਕਰਕੇ ਪਿਸ ਰਹੇ ਸਨ, ਉਦੋਂ ਕੁਝ ਬਹਾਦਰ ਆਵਾਜ਼ਾਂ ਮਨੁੱਖੀ ਹੱਕਾਂ ਦੇ ਰਾਖੇ ਬਣ ਕੇ ਜ਼ਾਲਮ ਨੂੰ ਵੰਗਾ ਰਹੀਆਂ ਸਨ। ਅੱਜ ਅਸੀਂ ਤੁਹਾਡੀ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਡੀਐਸ ਗਿੱਲ ਹੈ ਅਤੇ ਉਹ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਸ ਨੂੰ IHRO ਕਰਕੇ ਜਾਣਿਆ ਜਾਂਦਾ ਹੈ ਦੇ ਚੇਅਰਮੈਨ ਹਨ। IHRO ਨੇ ਜਿੱਥੇ ਬੀਤੇ ਦੋ ਦਹਾਕਿਆਂ ਵਿੱਚ ਮਨੁੱਖੀ ਹੱਕਾਂ ਸੰਬੰਧੀ ਅੱਡ ਅੱਡ ਰਿਪੋਰਟਾਂ ਜ਼ਾਰੀ ਕੀਤੀਆਂ ਹਨ, ਉੱਥੇ ਅੱਜ ਵੀ ਮੁੱਢਲੇ ਮਨੁੱਖੀ ਹੱਕਾਂ ਲਈ ਇਹ ਸਰਗਰਮ ਜਥੇਬੰਦੀ ਹੈ ਅਤੇ ਸੱਚ, ਹੱਕ, ਇਨਸਾਫ ਦੇ ਕਾਜ਼ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। ਵਿਊਅਰਸ, ਅੱਜ ਅਸੀਂ ਸਰਦਾਰ ਡੀਐਸ ਗਿੱਲ ਜੀ ਨਾਲ ਵੱਖ ਵੱਖ ਪੰਥਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸੰਬੰਧੀ ਗੱਲਬਾਤ ਕਰਾਂਗੇ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਡੀਐਸ ਗਿੱਲ ਫਰੋਮ ਲੁਧਿਆਣਾ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਤੁਹਾਡਾ ਇੱਕ ਵਾਰ ਫਿਰ ਤੋਂ ਅਸੀਂ TV84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਅਸੀਂ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਗਿੱਲ ਸਾਹਿਬ, ਅੱਜ ਸਾਨੂੰ ਅਸੀਂ ਵੱਖ ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਪਟਿਆਲਾ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਕਾਂਗਰਸ ਨੇ ਪਟਿਆਲਾ ਸੀਟ ਤੇ ਅਤੇ ਅਕਾਲੀ ਦਲ ਬਾਦਲ ਨੇ ਤਲਵੰਡੀ ਸਾਬੋ ਸੀਟ ਤੇ ਕਬਜ਼ਾ ਕੀਤਾ ਹੈ। ਅੱਜ ਸਭ ਤੋਂ ਪਹਿਲਾਂ TV84 ਰਾਹੀਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬ ਸਾਰੀ ਇੰਡੀਆ ਦੇ ਵਿਚੋਂ ਇੱਥੇ ਲਾਲ ਇੱਕ ਨੰਬਰ ਤੇ ਆ ਜੀ। ਰੀਜਨ ਬਹੁਤ ਸਾਰੇ ਰੀਜਨ ਆ। ਜੇ ਆਪਾਂ ਹੁਣ ਇਹਨਾਂ ਦੀ ਇਲੈਕਸ਼ਨ ਦੀ ਬਾਈ ਇਲੈਕਸ਼ਨ ਦੀ ਗੱਲ ਕਰੀਏ, ਜਿਹੜੀ ਪਟਿਆਲੇ ਵਾਲੀ ਸੀਟ ਆ, ਇਹ ਤਾਂ ਆਲਮੋਸਟ ਸਮਝੌਤਾ ਸੀਗਾ। ਹਾਂਜੀ, ਮਤਲਬ ਲੋਕ ਵੀ ਕਹਿੰਦੇ ਆ, ਪਰ ਪਿਛਲੇ ਸਮੇਂ ਵੀ ਹੁੰਦਾ ਆ ਇਸ ਤਰ੍ਹਾਂ ਕਿ ਸਮਝੌਤਾ ਕਦੇ ਕੀ ਕਰਦੇ ਆ ਯਾਦ ਸੀ ਕਿ ਇਹ ਮਾੜਾ ਕੈਂਡੀਡੇਟ ਖੜਾ ਕਰ ਦਿੰਦੇ ਆ ਜੀ, ਔਰ ਮਾਊਥ ਟੂ ਮਾਊਥ ਮੈਸੇਜ ਕਿਵੇਂ ਕਰਦੇ ਆ ਵੀ ਕੋਈ ਨੀ, ਆਪਾਂ ਤਾਂ ਖੜੇ ਕੀਤਾ ਹੋਇਆ, ਇਹ ਤਾਂ ਫਲਾਂ ਨੀ ਲੈ ਜਾਣੀ ਆ। ਇਹਦੇ ਬਦਲੇ ਦੇ ਵਿੱਚ ਉਹਨਾਂ ਨੇ ਕੁਛ ਲੈਣਾ ਹੁੰਦਾ, ਉਹ ਪਟਿਆਲਾ ਆਪਣੇ ਤਲਵੰਡੀ ਸਾਬੂ ਦੇ ਵਿੱਚ ਉਹਨਾਂ ਨੇ ਕੰਪਨਸੇਟ ਕਰਨਾ ਹੁੰਦਾ, ਇਹ ਜਿਹੜੀ ਕਿ ਅੰਡਰਸਟੈਂਡਿੰਗ ਦਾ ਪਾਰਟ ਹੁੰਦਾ ਇਹਨਾਂ ਦਾ ਜੀ। ਅੱਛਾ, ਹੁਣ ਜਿਹੜੀ ਇਹ ਇਲੈਕਸ਼ਨ ਹੈ, ਇਹਦੇ ਚ ਮੈਂ ਇਹ ਗੱਲ ਕਹਿਣੀ ਚਾਹੁੰਦਾ, ਆਪ ਦੀ ਜਿਹੜੀ ਇਹਦੇ ਚ ਗਲਤੀ ਆ, ਹਾਂਜੀ ਆਪ ਦੀ ਗਲਤੀ ਇਹ ਹੈ ਵੀ ਇਹਨਾਂ ਨੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਕਰਦਾ ਅਕਾਲੀ ਦਲ ਦਾ ਪ੍ਰਧਾਨ, ਹਾਂਜੀ, ਤੇ ਕਾਂਗਰਸ ਚੋਂ ਬੰਦੇ ਪੱਟ ਕੇ ਆਪਦੇ ਖੜੇ ਕਰ ਦਿੰਦਾ ਜੀ, ਹਰ ਵਾਰ ਕਰਦਾ ਜਿਵੇਂ ਤਲਵੰਡੀ ਸਾਬੂ ਕੀਤਾ, ਪਹਿਲਾਂ ਬੜਾ ਟਿਪੀਕਲ ਕਾਂਗਰਸ ਜਿਹਨੂੰ ਗਾਲਾ ਕੱਢਦਾ ਹੁੰਦਾ ਸੀਗਾ, ਤੇ ਉਹਨੂੰ ਫਿਰ ਇਲੈਕਸ਼ਨ ਲੜਾਈ, ਹਾਂਜੀ, ਇਹਨੇ ਉਹਨੇ ਮੁਕੇ ਕੀਤਾ। ਹੁਣ ਜਿਹੜੇ ਆਪ ਨੇ ਵੀ ਉਹ ਨਾ ਉਸੇ ਸਿੱਟੇ ਤੇ ਲੜਨਾ ਸ਼ੁਰੂ ਕਰ ਦਿੱਤਾ ਵੀ ਜਿਹੜੀ ਅਕਾਲੀ ਦਲ ਦਾ ਬੰਦਾ ਲੈ ਕੇ ਉਹਨਾਂ ਨੇ ਇਹਨੂੰ ਟਿਕ ਦੇ ਸੀ, ਇੱਕ ਕਾਰਨ ਬਹੁਤ ਵੱਡਾ ਕਾਰਨ ਇਹ ਵੀ ਜੇ ਆਪ ਡਿਫਰੈਂਟ ਆ ਕਾਂਗਰਸ ਤੇ BJP ਤੋਂ ਬਿਨਾ, ਅਕਾਲੀ ਦਲ ਦੇ ਬੰਦੇ ਜਿਹੜਾ ਨੋਨ ਅਕਾਲੀ ਵਰਕਰ ਹੈ 20 ਸਾਲ ਉੱਥੇ ਕੰਮ ਕਰਦਾ, ਟਿਕਟ ਕਿਉਂ ਦਿੱਤੀ, ਕਿਉਂ ਦਿੱਤੀ, ਇੱਕ ਦੇਸ਼ਕ ਕਾਰਨ ਇਹ ਵੀ ਬਣਿਆ, ਹਾਂਜੀ, ਦੂਜਾ ਸਮਝੌਤਾ ਵੀ ਦਾ ਕਾਰਨ ਬਣਿਆ, ਤੀਜਾ ਜਿਹੜਾ ਹੈ ਵੀ ਜਿਹੜਾ ਧੱਕਾ ਚੋਰੀ ਬਹੁਤ ਸਾਰਾ ਲੁੱਟ ਖੁੱਟ ਜਿਹੜੀ ਆਪਾਂ ਕਹਿੰਦੇ ਹਾਂ ਪੈਸੇ ਵੰਡਣੇ ਸਾਰਾ ਕੁਝ ਵੰਡਣੇ, ਉਹ ਸ਼ਾਇਦ ਪਟਿਆਲੇ ਕੰਪੈਰੇਟਿਵਲੀ ਘੱਟ ਹੋਇਆ ਜੀ, ਉਹ ਸਾਰਾ ਜ਼ੋਰ ਪਟਿਆਲਾ ਤਾਂ ਰੂਲਿੰਗ ਨੇ ਤਾਂ ਵੱਧ ਲਿਆ ਸੀਗਾ ਵੀ ਪਟਿਆਲਾ ਤਾਂ DSC ਲੈਣੀ ਜਾਂ ਆ ਸਕਦੀ, ਜੋ ਵੀ ਆਪਾਂ ਗੱਲਾਂ ਕਰਦੇ ਹਾਂ, ਹਾਂਜੀ, ਜਿਹੜਾ ਜਿਹੜੀ ਤਲਵੰਡੀ ਸਾਬੂ ਆ ਉਹ ਤਾਂ ਪ੍ਰੈਸਟ ਹੀ ਆ, ਉਹਨਾਂ ਨੇ ਹਰ ਹਾਲਤ ਦੇ ਵਿੱਚ ਜਿੱਤਣੀ ਸੀਗੀ, ਉੱਥੇ ਇਹਨਾਂ ਨੇ ਕਿਸੇ ਵੀ ਪੜਿਆ ਕਿਸੇ BJP ਨੂੰ ਇੰਟਰਵਿਊ ਵੀ ਕੀਤਾ, ਹਾਂਜੀ, ਅਸੀਂ ਵੀ ਸਾਰਾ ਕੁਛ ਇੱਥੇ ਦੇਖ ਰਹੇ ਹਾਂ ਕਿ ਸਟਾਰਟ ਦੇ ਵਿੱਚ ਉਹਨੂੰ ਬਹੁਤ ਸਾਰਾ ਸਪੋਰਟ ਸੀਗੀ,
ਉਸ ਟਾਈਮ ਦੇ ਵਿੱਚ ਬਲਕਾਰ ਇੰਨਾ ਐਕਟਿਵ ਨਹੀਂ ਸੀ, ਜਦੋਂ ਬੀਬੀ ਨੂੰ ਮਿਲਦਾ ਸੀ ਉਹ ਕਹਿ ਦਿੰਦਾ ਸੀਗਾ ਮੈਂ ਨੀ ਖੜਦਾ। ਹਾਂਜੀ, ਉਹ ਜਿੰਨੀ ਚਿਰ ਵਿਡਰਾਲ ਹੁੰਦੀਆਂ ਸਲਾਨੇ ਹੁੰਦੇ ਉਹਨਾਂ ਦਿਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਮੈਨੇਜ ਕੀਤਾ ਉਹਨੂੰ ਵੀ ਤੂੰ ਭਾਈ ਬੈਠਣਾ ਨੀ ਹੈ, ਉਹਦਾ ਖਰਚਾ ਪਾਣੀ ਦਿੱਤਾ ਬੰਦੇ ਨਾਲ ਲਾਏ। ਹੁਣ ਆਪਦੀ ਗਲਤੀ ਇੱਥੇ ਇਹ ਆ ਜੀ, ਇੱਥੇ ਵੀ ਆਪਦੀ ਗਲਤੀ ਕੈਂਡੀਡੇਟ ਸਿਲੈਕਟ ਕਰਨ ਚ ਵੀ ਪਹਿਲਾਂ ਉਸ ਨੂੰ ਬਲਕਾਰ ਸਿੱਧੂ ਨੂੰ ਕਰ ਲਿਆ ਜਿਹਦਾ ਕੋਈ ਦੇਸ਼ ਨੀ, ਕੋਈ ਕੰਟਰੀਬਿਊਸ਼ਨ ਨੀ। ਹਾਂਜੀ, ਜਦੋਂ 20 ਸਾਲ ਸਿੱਖਾਂ ਨੇ ਸਰਕਾਰ ਬਣਾਇਆ ਜੀ, ਉਹ ਬੰਦੇ ਦੀ ਕੋਈ ਕੰਟਰੀਬਿਊਸ਼ਨ ਪੋਜੀਟਿਵ ਹੈ ਨੀ। ਉਹ ਇੱਕ ਗਾਉਣ ਵਾਲਾ ਭਗਵੰਤ ਮਾਨ ਨੇ ਕੰਪੇਅਰ ਕਰਨਾ, ਭਗਵੰਤ ਮਾਨ ਇੱਕ ਡਿਫਰੈਂਟ ਕਲਚਰ ਆ। ਹਾਂਜੀ, ਉਹ ਐਜ ਏ ਗਾਇਕ ਵੀ ਤੇ ਐਜ ਏ ਪੋਲੀਟੀਕਲ ਐਕਟਿਵਿਸਟ ਵੀ ਡਿਫਰੈਂਟ ਹੈ ਇਹਨਾਂ ਦਾ ਜੀ। ਤੇ ਉਹ ਆਪਾਂ ਦੇਖਦੇ ਹਾਂ ਵੀ ਗਾਇਕ ਪਤਾ ਨੀ ਬਹੁਤ ਜ਼ਿਆਦਾ ਗਾਣੇ ਗਾ ਕੇ ਦੂਸਰਾ ਨੀ ਵੋਟਾਂ ਲੈ ਲੈਣਗੇ। ਇੱਥੇ ਮਾਰ ਖਾਧੀ ਇਹਨਾਂ ਨੇ ਕੇਜਰੀਵਾਲ ਨੇ ਜੀ, ਜਿਹੜਾ ਜਿਹਦੇ ਮਰਜ਼ੀ ਕਿਸੇ ਤੇ ਮੈਂ ਨਾਂ ਨੀ, ਮੈਨੂੰ ਪਤਾ ਕਿਹਨੇ ਕਿਸੇ ਤੇ ਨੇ ਕੀਤਾ। ਉਹ ਇੱਕ ਮਾੜੀ ਗੱਲ ਕੀਤੀ ਕਿ ਉਹਨਾਂ ਨੇ ਬੰਦਾ ਮਾੜਾ ਲਾਤਾ, ਜਿਹੜੀ ਮੈਂ ਗੱਲ ਕਹਿਣਾ ਵੀ ਮੈਂ ਸਹੀ ਆ। ਹਾਂਜੀ, ਇਹ ਗੱਲ ਦਾ ਇਹ ਸਬੂਤ ਆ ਵੀ ਉਹ ਬੰਦੇ ਨੇ ਜੋ ਆਪਦਾ ਕੈਂਡੀਡੇਟ ਸਹੀ ਸੀਗਾ ਮੈਂ ਦੁਬਾਰਾ ਬਦਲਤਾ ਜੀ, ਡਿਸਿਪਲਿਨ ਚ ਰਹਿੰਦਾ ਉਹ ਬਰਾਬਰ ਚੋਖੜਾ ਹੋਇਆ। ਹਾਂਜੀ, ਇਹਦਾ ਮਤਲਬ ਆ ਉਹ ਰੋਂਗ ਚੋਇਸ ਸੀਗੀ ਜਿਹਦੇ ਵਿੱਚ, ਚਾਹੇ ਕੋਈ ਕੇਜਰੀਵਾਲ ਹੈ ਚਾਹੇ ਕੋਈ ਲੋਕਲ ਲੀਡਰ ਇਨਵੋਲਵ ਨੇ ਜੀ। ਆਪਦਾ ਕਲਚਰ ਹੈ ਜਿਹੜਾ, ਜਿਹੜੇ ਲੋਕ ਪਰਸੀਵ ਕਰਦੇ ਸੀਗੇ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਦੋਵੇਂ ਸੀਟਾਂ ਦੇ ਵਿੱਚ ਬੀਬੀ ਬਹੁਤ ਅੱਛੀ ਕੈਂਡੀਡੇਟ ਸੀਗੀ, ਬਹੁਤ ਜ਼ਿਆਦਾ ਸਪੋਰਟ ਉਹਨੂੰ, ਹਜੇ ਵੀ ਉਹਨੂੰ ਵੋਟਾਂ ਘੱਟ ਨੀ ਹੈਗੀਆਂ। ਹਾਂਜੀ, ਜੇ ਬਲਕਾਰ ਨਾ ਖੜਦਾ ਤਾਂ ਇਹਦੀ ਦੱਸੀ ਜਿੰਨੀਆਂ 25,000 ਦੇ ਨੇੜੇ ਤੇੜੇ ਜਾਂਦੇ ਜੀ ਜੀ। ਹਾਂ, ਪਹਿਲਾਂ ਨੰਬਰ ਲੋਕ ਸਭਾ ਜਿੰਨੀਆਂ ਇੱਥੇ ਕਾਸੀ ਸੱਸੀ ਮਿਲੀਆਂ ਨੇ ਉਹਨੂੰ ਸ਼ਾਇਦ ਵਧਾ ਦਿੰਦੀ ਹੈ। ਹਾਂਜੀ ਜੀ ਜੀ। ਦੂਸਰੀ ਗੱਲ ਇਹ ਆ ਵੀ ਜਿਹੜਾ ਇੰਸੀਡੈਂਟ ਉਸ ਦਿਨ ਹੋਇਆ, ਇੱਕ ਦਿਨ ਪਹਿਲਾਂ ਜਦੋਂ ਪੈਸੇ ਬਦਲ ਗਏ ਨੇ ਸਰਪੰਚ ਦੇ ਘਰ, ਇਹਨਾਂ ਜਿਹੜਾ ਬਾਦਲ ਕਿਆਂ ਦਾ ਬੰਦਾ ਗਿਆ। ਹਾਂਜੀ, ਜਦੋਂ ਉਹਨਾਂ ਦਾ ਕਲੈਸ਼ ਹੋਇਆ, ਜਦੋਂ ਉਹਨਾਂ ਨੇ ਅਟੈਕ ਕੀਤਾ ਬੀਬੀ ਦੇ ਤੇ, ਹਾਂਜੀ, ਉਹਦਾ ਡਰਾਈਵਰ ਵੀ ਫੈਕਚਰ ਹੋਇਆ, ਉਹ ਜਿਹੜਾ ਇੰਸੀਡੈਂਟ ਆ ਜੀ, ਉਹ ਆਪ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਕੈਂਡੀਡੇਟ ਨਾਲ ਜਾਂ ਕੈਂਡੀਡੇਟ ਦੇ ਪਿੰਡ ਦੇ ਵਿੱਚ ਆਹ ਕੁਛ ਹੋ ਰਿਹਾ, ਹਾਂਜੀ, ਬਾਕੀ ਪਿੰਡਾਂ ਕੀ ਹੋਇਆ। ਕੋਈ ਐਮ ਐਲ ਏ, ਕੋਈ ਮਿਨਿਸਟਰ, ਕੋਈ ਲੀਡਰ ਹੈ ਨੀ ਜੀ ਅਕਾਲੀ ਦਲ ਦਾ ਪੰਜਾਬ ਦਾ, ਨਹੀਂ ਪਹੁੰਚਿਆ। ਹਾਂਜੀ, ਇੱਕ ਇੱਕ ਦੋ ਤਿੰਨ ਤਿੰਨ ਪਰਿਵਾਰਾਂ ਦੇ ਉੱਤੇ ਬੰਦੇ ਲਾਏ ਹੋਏ ਸੀ ਵੀ ਜੋ ਮਰਜ਼ੀ ਹੋਵੇ, ਜਿਵੇਂ ਮਰਜ਼ੀ ਕਰੋ, ਜਿਵੇਂ ਮਰਜ਼ੀ ਦਾ ਮਤਲਬ ਆ ਵੀ ਕੁਟਮਾਰ ਇਨਕਲੂਡਡ ਆ। ਆ ਹੁਣ ਏਦੋਂ ਵੱਧ ਕੀ ਹੈ ਕਿ ਇੱਕ ਬੰਦਾ ਬਾਦਲ ਦਲ ਦੇ ਬਹੁਤ ਨੇੜੇ ਹੋਵੇ ਜੀ, ਕਾਰਪੋਰੇਸ਼ਨ ਵੀ ਰਿਹਾ ਹੋਵੇ, ਕਰਪਟ ਹੋਵੇ, ਹਾਂਜੀ, ਔਰ ਉਹ 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 ਮਤਲਬ ਆ ਵੀ ਕੇਸ ਵੀ ਚੱਲਦੇ ਹੋਣਗੇ ਕ੍ਰਿਮੀਨਲ ਜੀ, ਉਸ ਬੰਦੇ ਨੂੰ ਇੰਨੀ ਪਾਵਰ ਦਿੱਤੀ ਜਾਵੇ ਕਿ ਉਹ ਬੀਬੀ ਨੇ ਬਥੇਰਾ ਕਿਹਾ ਰੂਲ ਆਫ ਲਾ ਨੇ ਤੁਸੀਂ ਇਲੈਕਸ਼ਨ ਦੇ ਰੂਲ ਦੀ ਵਾਇਲੇਸ਼ਨ ਕਰਦੇ ਹੋ, ਉਹ ਕਹਿੰਦਾ ਰੂਲ ਕਹਿੰਦਾ ਰੂਲਰ ਦਾ ਸੀ ਆ। ਹਾਂਜੀ, ਉਹਨੇ ਅਟੈਕ ਕਰ ਦਿੱਤਾ, ਇੰਨਾ ਤਾਂ ਹੋਣ ਵੀ ਦੇਣੀ ਟੋਲਰੈਂਸ ਨੂੰ ਕਿਹਾ ਵੀ ਤੁਸੀਂ ਪੈਸੇ ਨਾ ਵੰਡੋ। ਹਾਂਜੀ ਜੀ ਜੀ, ਤੁਸੀਂ ਅੰਦਾਜ਼ਾ ਲਾ ਲਓ ਵੀ ਲੋਕ ਪੂਰੀ ਟੈਰਰਾਈਜ਼ ਸੀਗੇ, ਜਿਹੜੀ ਫੇਅਰ ਇਲੈਕਸ਼ਨ ਨਹੀਂ ਹੋਈ ਹੈ। ਹਾਂਜੀ, ਆਪ ਦੀ ਇਹਦੇ ਗਲਤੀ ਇਹ ਹੋਣੀ ਕਿ ਆਪ ਨੇ ਲੋਕ ਸਭਾ ਤੋਂ ਬਾਹਰ ਜਿਹੜੀ ਮੈਂ ਫੀਲ ਕਰਦਾ, ਹਾਂਜੀ, ਐਜ਼ ਆ ਆਊਟਸਾਈਡਰ ਆਪਦੇ ਵੀ ਸਪੋਰਟਰ ਜ਼ਰੂਰ ਆ ਕਿ ਇਹ ਪਾਲਿਸੀ ਠੀਕ ਨੇ ਜੀ, ਸਾਡਾ ਅਟਾਰਨੀ ਜੇ ਉਹ ਵਾਇਬਲ ਅਦਰ ਦੈਨ ਕਾਂਗਰਸ ਤੇ ਬੀਜੇਪੀ ਨੈਸ਼ਨਲ ਲੈਵਲ ਤੇ ਵੀ ਠੀਕ ਆ ਜੀ ਜੀ, ਕਰਦੇ ਆ ਕਿ ਉਹ ਲਾਈਨ ਦੇ ਉਹ ਜਾਂ ਕਰੈਕਟਰ ਜਿਹੜੇ ਬਦਲਦੇ ਰਹਿਣ ਬਦਲਦੇ ਰਹਿਣ, ਪਰ ਉਹ ਲਾਈਨ ਅੱਗੇ ਚੱਲਣੀ ਚਾਹੀਦੀ ਹੈ। ਬੇਸਿਕ ਉਹ ਹਿਊਮਨ ਰਾਈਟਸ ਮੂਵਮੈਂਟ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ। ਹਾਂਜੀ, ਪਰ ਅਨਫੋਰਚੁਨੇਟਲੀ ਅਨਫੋਰਚੁਨੇਟਲੀ ਆਪ ਵਾਲਿਆਂ ਨੇ ਕੇਜਰੀਵਾਲ ਇਨਕਲੂਡਿੰਗ ਉਹਨਾਂ ਨੇ ਪੰਜਾਬ ਵੱਲ ਓਨਾ ਧਿਆਨ ਨੀ ਦਿੱਤਾ। ਬਿਲਕੁਲ, ਹੁਣ ਜਿਹੜੇ ਬੰਦਿਆਂ ਨੇ ਸਟਰਗਲ ਲੜੀ ਆ ਪੰਜਾਬ ਚ, ਹਾਂਜੀ, ਉਹ ਮੈਨੂੰ ਇੱਕ ਹੀ ਬੰਦਾ ਤੁਸੀਂ ਨਾਂ ਲੈ ਦਿਓ ਜਿਹੜੇ ਇਹਨਾਂ ਨੇ ਜਿਵੇਂ ਹੁਣ ਤੱਕ ਬੀਜੇਪੀ ਚ ਪਾਇਆ ਕੋਈ ਬੰਦਾ ਆਇਆ ਹੋਵੇ। ਹਾਂਜੀ ਜੀ ਜੀ, ਕਾਰਨ ਇਹ ਆ, ਉਹਦਾ ਕਾਰਨ ਇਹ ਹੈ ਕਿ ਜਿਹੜੇ ਉਹਨਾਂ ਕੋਲ ਬੰਦੇ ਆ ਗਏ, ਜਿਹੜਾ ਉਹਨਾਂ ਨੂੰ ਮਿਲਣ ਗਿਆ, ਜਿਹੜਾ ਦਿੱਲੀ ਜਾ ਕੇ ਜਾਇਆ ਆ, ਹਾਂਜੀ, ਉਹ ਜਿਹੜਾ ਉੱਥੇ ਲੋਬੀ ਕਰਨ ਲਈ ਉਹ ਉਸੇ ਪ੍ਰਭਾਵ ਚੋਂ ਆਏ ਹੋਏ ਨੇ। ਤੁਸੀਂ ਦੱਸ ਨੀ ਸਕਦੇ ਤੁਸੀਂ ਜਿਹਨੇ ਸਾਰਾ ਕੁਛ ਪੰਥ ਦੇ ਸਾਰੇ ਵਿਅਕਤੀਆਂ ਨੂੰ ਪ੍ਰੋਸੈਸ ਨੀ ਜਾਣਦੇ। ਹਾਂਜੀ, ਪੰਜਾਬ ਦਾ ਜਿਹਨਾਂ ਦਾ ਰੋਲ ਆ, ਹਾਂਜੀ, ਹਿਊਮਨ ਰਾਈਟਸ ਮੂਵਮੈਂਟ ਦੇ ਵਿੱਚ ਜਾਂ ਕਿਸੇ ਹੋਰ ਮੂਵਮੈਂਟ ਦੇ ਵਿੱਚ, ਉਹਨਾਂ ਦਾ ਕਿਹੜਾ ਇੱਥੇ ਬੰਦਾ ਇਹਨਾਂ ਨੇ ਲਿਆ, ਨਾ ਉਹ ਤਾਂ ਅਪਰੋਚ ਕੀਤੀ ਹੈ।
ਜੀ ਜੀ ਗਿੱਲ ਸਾਹਿਬ ਇਹ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਸੀ, ਹੁਣ ਅਸੀਂ ਬਾਕੀ ਇਲੈਕਸ਼ਨ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਬਿਹਾਰ, ਮੱਧ ਪ੍ਰਦੇਸ਼ ਤੇ ਕਰਨਾਟਕਾ ਵਿੱਚ ਹੋਈਆਂ ਉਪ ਚੋਣਾਂ ਵਿੱਚ ਬੀਜੇਪੀ ਨੂੰ ਝਟਕਾ ਲੱਗਾ ਹੈ, ਕੀ ਭਾਰਤ ਵਿੱਚ ਮੋਦੀ ਲਹਿਰ ਦਾ ਅਸਰ ਖਤਮ ਹੋ ਗਿਆ? ਇਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਦੇਖੋ, ਉਹਦੇ ਲਈ ਇਹ ਆ ਜਿਹੜੀ ਮੋਦੀ ਦੀ ਜਿਹੜੀ ਜੀ ਉਹ ਜਿਹੜੀ ਦੇਸ਼ ਸੀਗੀ, ਇੱਕ ਤਾਂ ਤੁਸੀਂ ਆਪਣੇ ਆਪ ਅੰਦਾਜ਼ਾ ਲਾਓ ਕਿ ਜਿਹੜੀ 95 ਦੇ ਵਿੱਚ ਦੇਸ਼ ਸੀ ਤਰਜੀਹ ਦੇ ਹੱਕ ਚ, ਉਹ ਸੀ ਸਿੱਖਾਂ ਨੂੰ ਮਾਰਨ ਦੀ ਜੀ। ਸਿੱਖਾਂ ਨੂੰ ਮਾਰਿਆ ਸੀ ਤਾਂ ਉਹਨੂੰ ਇੰਨਾ ਵੱਡੇ ਚ ਮਿਲਿਆ, ਨਾ ਉਹਦੇ ਮਾਂ ਨੂੰ ਮਿਲਿਆ ਕਦੇ, ਨਾ ਉਹਦੇ ਦਾਦੇ ਨੂੰ ਕਦੇ ਮਿਲਿਆ ਇੰਨਾ ਬਰਡਿਕਟ ਜਿੰਨਾ ਰਜੀਵ ਨੂੰ ਮਿਲਿਆ ਸੀ। ਉਹਨੇ ਸਿੱਖ ਕਤਲ ਕਰਵਾਏ ਸੀ ਉੱਥੇ, ਬਾਅਦ ਕਰਾਂਗੇ ਰਿਜ਼ਲਟ ਕਰਕੇ ਤਿੰਨ ਵਾਰ ਮੋਦੀ ਚੀਫ ਮਿਨਿਸਟਰ ਬਣੇ ਜੀ। ਉਹੀ ਦੇਵ ਨੂੰ ਲੈ ਕੇ, ਬਿਜ਼ਨਸਮੈਨ ਨੂੰ ਲੈ ਕੇ ਇਸ ਨੇ ਬੀਜੇਪੀ ਦੇ ਕਬਜ਼ਾ ਕੀਤਾ। ਮੈਂ ਤਾਂ ਇਹ ਕਹੂੰਗਾ ਬੀਜੇਪੀ ਚ ਨਾ ਆਰ ਐਸ ਐਸ ਨੂੰ ਚੱਲਦੀ ਹੈ ਤੇ ਨਾ ਬੀਜੇਪੀ ਹੈ ਜੇ ਪਾਰਟੀ ਚੱਲਦੀ ਹੈ ਜੀ। ਉੱਥੇ ਮੋਦੀ ਤੇ ਪਲੱਸ ਜਿਹੜਾ ਅਮਿਤ ਸ਼ਾਹ ਜਿਹੜਾ ਉਹਦਾ ਪ੍ਰੈਜੀਡੈਂਟ ਨੂੰ ਲੈ ਕੇ ਦਿੱਤੀਆਂ ਗੱਲਾਂ ਨੇ, ਜਾਂ ਆਪਾਂ ਮੋਨੀਟਰ ਕਰਦੇ ਹਾਂ ਸਾਰਾ ਮੀਡੀਆ ਨੂੰ ਪਤਾ ਲੱਗਦਾ। ਜਿਹੜੀ ਜਿਹੜੀ ਮੋਦੀ ਦੀ ਵੇਵ ਆ, ਇਹ ਕਿਉਂਕਿ ਲੋਕ ਜਿਹੜੇ ਗੱਲਾਂ ਕਰਨੀਆਂ ਨਾਅਰੇ ਮਾਰਦੇ ਨੇ ਉਹ ਕਰਨੀ ਬਹੁਤ ਔਖੀ ਹੈ। ਹਾਂਜੀ, ਦੂਸਰੀ ਗੱਲ ਹੈ ਬੀਜੇਪੀ ਤੇ ਕਾਂਗਰਸ ਚ ਕੋਈ ਫਰਕ ਨਹੀਂ, ਸਾਹਮਣੇ ਹੈ। ਆਪ ਨੇ ਆਪ ਚਾਹੇ ਕੋਈ ਸੀਟ ਲੈ ਸਕੀ ਚਾਹੇ ਨਾ ਲੈ ਸਕੀ ਪੰਜਾਬ ਤੋਂ ਬਾਹਰ ਲੋਕ ਸਭਾ ਦੇ ਵਿੱਚ, ਪਰ ਉਹਦੀ ਇੱਕ ਗੱਲ ਉਹਨੇ ਕਲੀਅਰ ਕਰ ਦਿੱਤੀ, ਉਹਨੇ ਕਲੀਅਰ ਕਰਤੀ ਕਿ ਜਿੱਥੇ ਤੱਕ ਮਾਹੌਲ ਸੀ ਜਾਂ ਕਰਪਸ਼ਨ ਫਸਲਾ ਜਾਂ ਹੋਰ ਜਿਹੜੇ ਇਸ਼ੂ ਨੇ ਉਹਦੇ ਲਈ ਬੀਜੇਪੀ ਤੇ ਕਾਂਗਰਸ ਕੋਈ ਫਰਕ ਨਹੀਂ। ਹਾਂਜੀ, ਇਹਨਾਂ ਦਾ ਅੱਜ ਕੀ ਕੰਪੀਟੀਸ਼ਨ ਹੈ ਵਿਧਨ ਜੀ? ਇਹ ਦੋਵੇਂ ਪਾਰਟੀਆਂ ਜਿੱਥੇ ਇਹਨਾਂ ਦੇ ਇੰਟਰਸਟ ਅੱਜ ਕੀ ਟਕਰਾ ਨਹੀਂ ਕਰਦੇ, ਹਾਂਜੀ, ਉੱਥੇ ਇਹ ਆਪ ਦੇ ਉਲਟ ਨੇ। ਹਾਂਜੀ, ਆਪ ਦੇ ਉਲਟ ਨੇ, ਆਪ ਦੇ ਉਲਟ ਕੱਲਾ ਵੀ ਮਨੋਰਟੀ ਦੇ ਕਰਪਸ਼ਨ ਦੇ ਉਹ ਜਿਹੜਾ ਕਲਚਰ ਬੀਜੇਪੀ ਤੇ ਕਾਂਗਰਸ ਦਾ ਜੀ, ਕਾਂਗਰਸ ਸੈਕੂਲਰ ਹਲਕਾ ਪਾ ਕੇ ਹਿੰਦੂਵਾਦ ਦਾ ਪ੍ਰਚਾਰ ਕਰਦੀ ਹੈ, ਸਾਰਾ ਕੁਛ ਕਰਦੀ ਹੈ, ਮਨੋਰਟੀ ਦਾ ਕੰਮ ਕਰਦੀ ਹੈ। ਸ਼ੁਰੂ ਤੋਂ ਜਿੱਦਾਂ ਤੋਂ ਹੋਇਆ ਹੋਇਆ ਨਾ ਜੀ ਜੀ, ਜਿਹੜੀ 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 ਬੀਜੇਪੀ ਆ ਇਹ ਮੰਗੀ ਕੀਤੀ ਰਾਵਰੀ ਮਾਝੇ ਘਾ ਕੇ, ਹਾਂਜੀ, ਮਾਝੇ ਘਾ ਕੇ 2002 ਜਿਹੜਾ ਉਹਨਾਂ ਨੇ ਕਾਰਨਾਮਾ ਕੀਤਾ ਉਹ ਉਹਨਾਂ ਦੀ ਗੋਲਡ ਮਾਈਨ ਇੰਪਰੂਵ ਹੋਇਆ। ਇੰਡੀਆ ਦੀ ਬਦਕਿਸਮਤੀ ਆ, ਇੰਡੀਆ ਦੀ ਬਦਕਿਸਮਤੀ ਆ ਕਿ ਇੱਥੇ ਜਿਹੜੀਆਂ ਮਿਨੋਰਟੀ ਨੇ, ਖਾਸ ਤੌਰ ਤੇ ਮਿਨੋਰਟੀ ਜਿਹੜੀ ਨੌਰਥ ਈਸਟ ਦੀਆਂ ਨੇ, ਜੰਮੂ ਕਸ਼ਮੀਰ ਚ ਰਹਿੰਦੀਆਂ ਨੇ, ਪੰਜਾਬ ਚ ਸਿੱਖ ਨੇ ਜੀ, ਸਾਊਥ ਚ ਹੈਗੀਆਂ ਇੱਕ ਦੋ ਸਟੇਟਾਂ, ਜਿੱਥੇ ਵੀ ਨੇ ਉਹ ਮਨੋਰਟੀ ਰੀਜਨ, ਮੈਂ ਉਹਨਾਂ ਨੂੰ ਕਹਿਣਾ ਜਿੱਥੇ ਪੋਲੀਟੀਕਲੀ ਮੈਟਰ ਕਰਦੀਆਂ ਨੇ, ਹਾਂਜੀ, ਉੱਥੇ ਜਿਹੜੀ ਵੀ ਉਹ ਗੱਲ ਕਰਦੀਆਂ ਨੇ, ਚਾਹੇ ਹਸਪਤਾਲ ਦੀ ਕਰਨ, ਆਨੰਦਪੁਰ ਮਤੇ ਦੀ ਗੱਲ ਕਰਨ, ਅੰਮ੍ਰਿਤਸਰ ਲਾਨਾਮੇ ਦੀ ਗੱਲ ਕਰਨ, ਅਟੋਨਮੀ ਦੀ ਗੱਲ ਕਰਨ, ਖਾਲਸਾ ਦੀ ਗੱਲ ਕਰਨ, ਹਾਂਜੀ, ਉਹਨਾਂ ਨਾਲ ਟੌਪ ਕਰਨ ਦੀ ਬਜਾਏ ਜਾਂ ਉਹਨਾਂ ਨਾਲ ਬਹਿ ਕੇ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਅੱਤਵਾਦੀ ਗਿਰਦਾਰ ਕਰੇ, ਜਿਹੜਾ ਕਿ ਆਪ ਮੀਡੀਆ ਪ੍ਰਚੇਤ ਕੀਤਾ ਹੋਇਆ, ਉਹਨਾਂ ਨੂੰ ਅੱਤਵਾਦੀ ਗਿਰਦਾਰ ਕੇ ਉਹਨਾਂ ਨੂੰ ਰਨ ਡਾਊਨ ਕਰ ਰਿਹਾ, ਉਹਨਾਂ ਨੂੰ ਉਹਨਾਂ ਦੀ ਗੱਲ ਸੁਣਦੀ ਬਜਾਏ ਉਹਨਾਂ ਦੀ ਜਿਹੜੀ ਰਿਸਿੰਗ ਪਾਵਰ ਆ ਜੀ, ਜਿਹਦੇ ਕਰਕੇ ਉਹ ਕੋਈ ਹੱਕ ਸਾਜੀ ਲੜਾਈ ਲੜ ਰਿਹਾ ਜਿਵੇਂ ਕਿ ਪੰਜਾਬ ਚ, ਉਹਨੂੰ ਖਤਮ ਕਰ ਦੇ। ਹਾਂਜੀ, ਇਹਨਾਂ ਦੇਖੋ 1984 ਚ ਕਿੰਨਾ ਕੁਛ ਹੋਇਆ, ਕੰਟੀਨਿਊ ਰਿਹਾ ਜੀ, ਦਿੱਲੀ ਹੋਇਆ ਸਾਰਾ ਕੁਛ, ਹਾਂਜੀ, 94 15 ਅਗਸਤ 1994 ਤੱਕ ਉਹਨਾਂ ਨੇ ਸੋਚਿਆ ਵੀ ਇਹ ਮਾਰੇ ਤੇ ਠੀਕ ਨੀ ਹੁੰਦੇ, ਇਹ ਵੀ ਠੀਕ ਹੋ ਸਕਦੇ, ਉਹਨਾਂ ਨੇ ਕਿਹਾ ਪਰਮਾਨੈਂਟ ਇਲਾਜ ਲਵੋ, ਪਰਮਾਨੈਂਟ ਇਲਾਜ ਕਰਦੇ ਉਹਨਾਂ ਨੇ ਕਿਹਾ ਨਸ਼ੇ ਛਡਾਓ। ਹਾਂਜੀ, ਪੰਜਾਬ ਦੇ ਵਿੱਚ ਸਾਡੀਆਂ ਹੀ ਪਾਰਟੀਆਂ, ਮਤਲਬ ਲੋਕ ਅਕਾਲੀ ਦਲ ਵੀ, ਕਾਂਗਰਸੀ ਵੀ, ਇੱਥੋਂ ਤੱਕ ਕਿ ਮਿਲੀਟੈਂਟਾਂ ਦੇ ਸੈਕਸ਼ਨ ਦੇ ਵਿੱਚ ਵੀ ਕੁਛ ਸਾਈਡ ਕੀਤੀ, ਕੁਛ ਬੰਦੇ ਜਿਹੜੇ ਜਿਹਨੂੰ ਕਿਸੇ ਨੂੰ ਕੈਦ ਕਹਿ ਲਓ, ਕਿਸੇ ਨੂੰ ਕੁਛ ਕਹਿ ਲਓ, ਕੁਛ ਛੱਡ ਕੇ ਕਹਿ ਲਓ, ਉਹਨਾਂ ਨੂੰ ਵੀ ਇਨਵੋਲਵ ਕੀਤਾ, ਕੋਈ ਬੰਦਾ ਛੱਡਿਆ ਨੀ ਏਜੰਸੀਆਂ ਨੇ, ਪਰ ਸਭ ਤੋਂ ਵੱਧ ਇਹਦੇ ਵਿੱਚ ਰੂਲਿੰਗ ਨੇ ਸਾਥ ਦਿੱਤਾ। ਹਾਂਜੀ, ਹੋਰ ਦੇਖੋ ਕਿੰਨਾ ਕੁਛ ਹੁਣ ਤਾਂ ਆ ਚੁੱਕਿਆ, ਕੋਈ ਬਹੁਤੀ ਦੱਸਣ ਦੀ ਉਸ ਲੈਵਲ ਦੀ ਲੋੜ ਨਹੀਂ ਹੈ ਜੀ। ਜਿਹੜੀ ਨਸ਼ਾ ਫੈਲਾਉਣ ਦੇ ਵਿੱਚ ਵੀ ਬੀਜੇਪੀ ਤੇ ਕਾਂਗਰਸ ਦੀ ਸਹਿਮਤੀ ਆ। ਹਾਂਜੀ ਹਾਂਜੀ,
ਜੀ ਤੇ ਗਿੱਲ ਸਾਹਿਬ ਜਿਸ ਤਰ੍ਹਾਂ ਜੀ ਗਿੱਲ ਸਾਹਿਬ ਜਿਸ ਤਰ੍ਹਾਂ ਗੱਲ ਕਰ ਰਹੇ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨਸ਼ਾ ਆ ਗਿਆ ਕਿਉਂਕਿ ਕਾਫੀ ਕ੍ਰੈਡੀਬਲ ਸੋਰਸਿਸ ਤੋਂ ਸਾਨੂੰ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਸਾਡੇ ਜਵਾਨੀ ਜਿਹੜੇ ਪੰਜਾਬੀਆਂ ਦੀ 60-70% ਲੋਕ ਨਸ਼ੇ ਦੇ ਵਿੱਚ ਲੱਗੇ ਹੋਏ ਹਨ। ਤੁਸੀਂ ਦੱਸਿਆ ਕਿ ਪੰਜਾਬ ਸਰਕਾਰ, ਬੀਜੇਪੀ, ਕਾਂਗਰਸ ਸਾਰੇ ਇਸ ਦੇ ਵਿੱਚ ਇਨਵੋਲਵ ਨੇ, ਪਰ ਇਹਨਾਂ ਤੋਂ ਬੱਚਿਆ ਕਿਸ ਤਰ੍ਹਾਂ ਜਾ ਸਕਦਾ ਤੁਹਾਡੇ ਖਿਆਲ ਦੇ ਨਾਲ ਇਸ ਨਸ਼ੇ ਤੋਂ? ਬੱਚਿਆਂ ਮੈਂ ਅੱਗੇ ਵੀ ਤੁਸੀਂ ਮੈਨੂੰ ਇਹ ਗੱਲ ਕੀਤੀ ਸੀ ਜੀ, ਅੱਗੇ ਮੈਂ ਕਹੀ ਸੀ ਕਿ ਉਦੋਂ ਮੈਂ ਥੋੜਾ ਅੱਗੇ ਚੱਲਦਾ ਸੀਗਾ, ਹਾਲਾਤ ਦੀ ਮੈਚਿਓਰਿਟੀ ਹੈ ਨਹੀਂ ਸੀ। 15 ਅਗਸਤ ਨੂੰ ਕੀਤੀ ਸੀ ਗੱਲ ਆਪਾਂ ਜੀ, ਉਦੋਂ ਮੈਂ ਇਹੀ ਗੱਲ ਕਿਹਾ ਸੀਗਾ ਵੀ ਇਹ ਆਪਾਂ ਕੀ ਕਰਦੇ ਹਾਂ, ਆਪਾਂ ਕਹਿੰਦੇ ਹਾਂ ਵੀ ਕੋਈ ਕਰੇ, ਕੋਈ ਨੀ ਕਰੂਗਾ, ਇਹ ਤਾਂ ਆਪਨੇ ਕਰਨੀ ਹੈ, ਇਹ ਆਪਨੇ ਵੀ ਕਰਨੇ, ਆਪਦੇ ਏਜੰਡੇ ਵੀ ਲਿਮਿਟਡ ਨੇ, ਉਹ ਐਪਰੈਂਟਲੀ ਜੀਰੇ ਆ ਹੁਣ ਜੀ। ਉਹਨਾਂ ਲਈ ਜਿਹੜੇ ਸਟਰਗਲ ਦੇ ਵਿੱਚ ਲੜੇ ਨੇ ਬੰਦੇ, ਮੈਂ ਨੀ ਕਹਿੰਦਾ ਕਿ ਉਹਨਾਂ ਨੂੰ ਦੇਣ ਜੀ ਨੂੰ ਜਦੋਂ ਲੋਨ ਮਿਲੀ ਟੈਂਕ ਜਾਂ ਇਹੋ ਕੁਛ ਨਹੀਂ, ਮੈਂ ਇਹ ਨੀ ਕਹਿੰਦਾ, ਨਾ ਮੈਂ ਇੰਟਰਫੇਅਰ ਕਰਦਾ, ਮੈਂ ਕਹਿੰਦਾ ਵੀ ਉਹ ਤੁਹਾਡੇ ਨਾ ਜਿਹੜੇ ਉਹਨਾਂ ਦੇ ਕਲਚਰ ਬੰਦੇ ਆ, ਉਹ ਬੰਦੇ ਤੱਕ ਤਾਂ ਅਪਰੋਚ ਨੀ ਕਰਦੇ, ਬਾਹਰੋਂ ਬੰਦੇ ਲਿਆ ਕੇ ਜਿਹਨਾਂ ਨੂੰ ਕਲਚਰ ਦਾ ਪਤਾ ਹੀ ਹੈ ਨੀ, ਜਿਹੜੇ ਲੋਕਾਂ ਨਾਲ ਜੁੜੇ ਨੀ, ਨਾ ਉਹਨਾਂ ਨੂੰ ਮੂਵਮੈਂਟ ਦਾ ਪਤਾ, ਨਾ ਪੰਜਾਬ ਦਾ ਪਤਾ, ਗਾਉਣ ਵਾਲਾ ਲਿਆਂਦਾ ਕੋਈ, ਜਿਹੜੇ ਪੁਰਾਣੇ ਕਾਮਰੇਡ ਸਾਡੇ ਨਾਲ ਟਕਰਾਉਂਦੇ ਰਹੇ ਨੇ ਇਹ FDR ਦੇ ਵਿੱਚ ਜੀ, ਇਹ FDR ਦੇ ਵਿੱਚ ਉਹਦੇ 2-3 ਮਿੰਟ ਖੜੇ ਕੀਤੇ ਇਹਨਾਂ ਨੇ, ਦਿੱਤੇ ਵੀ ਆ। ਹਾਂਜੀ ਹਾਂਜੀ, ਮੈਂ ਮਾੜੇ ਨੀ ਕਹਿੰਦਾ, ਉਹਨਾਂ ਦੀ ਲਿਮਿਟ ਆ, ਲਿਮਿਟ ਕੀ ਆ ਕਿ ਉਹ ਸਟਰਗਲ ਦੇ ਬਹੁਤ ਉਲਟ ਸੀਗੇ, ਇਹ FDR ਜਿਹੜੀ ਹੈ ਐਸੋਸੀਏਟ ਫਾਰ ਡੈਮੋਕ੍ਰੈਟਿਕ ਰਾਈਟਸ, ਇਹ ਸਾਡੀ IHRO ਦੀ ਅਪੋਜੀਸ਼ਨ ਚ ਰਹੀ ਆ, ਸਾਨੂੰ ਉਹ ਅੱਤਵਾਦੀਆਂ ਸਪੋਰਟਰ ਕਹਿੰਦੇ, ਉਹ ਨੈਕਸਟ ਲਾਈਡ ਦੇ ਉੱਤੇ ਇਹਦੇ ਸੀਗੇ, ਉਹਦੇ ਥੋੜੇ ਬੰਦੇ ਆ, ਥੋੜੇ ਬੰਦੇ ਆ ਜਿਹੜੇ ਇੱਧਰ ਆਏ ਨੇ, ਜਿਹਨਾਂ ਵਿੱਚੋਂ ਅਗਲੇ ਸਿੰਘ ਪ੍ਰੋਮੀਨੈਂਟ ਆ ਜੀ, ਅਗਲੇ ਸਿੰਘ ਜਿਹੜਾ ਬਹੁਤ ਪਿੱਛੇ ਜਿਹੜੇ 5-6 ਕਿਤਾਬਾਂ ਲਿਖੀਆਂ ਨੇ ਉਹ ਆਇਆ, ਮਾਲੀ ਉਹੀ ਆਏ ਨੇ ਜਿਹੜੇ ਜਿਹੜੇ ਲਗੇ ਜਦੋਂ ਬਾਅਦ ਚ ਆਏ, ਬਾਅਦ ਉਹਨਾਂ ਦਾ ਵੀ ਝੁਕਾ ਉਹਨਾਂ ਦਾ ਹੋ ਗਿਆ, ਕੁਛ ਬੰਦੇ ਜਿਵੇਂ ਜੀਵਨ ਜੋਤ ਕੌਰ ਆ ਫਰੀਦਕੋਟ ਤੋਂ, ਕੁਛ ਬੰਦੇ ਆਏ ਇਹ FDR ਦੇ ਵਿੱਚੋਂ ਜਿਹਨਾਂ ਨੇ IHRO ਨੂੰ ਜੁਆਇਨ ਕੀਤਾ, ਪੁਰਾਣੇ ਬੰਦੇ ਨੇ ਉਹ ਬੈਟਰ ਕਰਦੇ ਆ, ਇਸ ਕਰਕੇ ਜਿਹੜੇ ਜਿਹੜੇ ਜਿਹਨਾਂ ਨੇ ਸਟਰਗਲ ਲੜੀ ਆ ਜੀ, ਸੂਟ ਨਾ ਕਰਦੀ ਹੋਵੇ, ਕਹਿਣ ਤੋਂ ਭਾਵ ਇਹ ਆ ਵੀ ਆਪ ਦੀ ਵੀ ਲਿਮਿਟੇਸ਼ਨ ਆ ਇਹਦੇ ਲਈ, ਨਸ਼ਿਆਂ ਲਈ ਚਾਹੇ ਪੰਜਾਬ ਪੋਲੀਟਿਕਸ ਲਈ, ਆਪ ਨੇ ਕੁਛ ਨੀ ਕਰਨਾ, ਪਰ ਆਪ ਇੱਕ ਬਹੁਤ ਵੱਡੀ ਧਿਰ ਆ ਨੈਸ਼ਨਲ ਲੈਵਲ ਤੇ, ਥਰਡ ਜਿਹਦੇ ਨਾਲ ਸਾਡੀ ਸਹਿਮਤੀ ਹੋ ਸਕਦੀ ਹੈ, ਹਾਂਜੀ, ਆਪ ਆਪ ਦੀ ਆਪ ਦੇ ਨਾਲ ਰਲ ਮਿਲ ਕੇ ਜਾਂ ਅਦਰਵਾਈਜ਼, ਜਿਹਨਾਂ ਚਿਰ ਸਿੱਖ ਗਰੁੱਪ ਇਕੱਠੇ ਨੀ ਹੁੰਦੇ ਜੀ, ਜਿਹਨਾਂ ਚਿਰ ਸਿੱਖ ਗਰੁੱਪ ਇਕੱਠੇ ਨੀ ਹੁੰਦੇ ਇਹਨਾਂ ਕੁਛ ਨੀ ਬਣਦਾ, ਇਹਨਾਂ ਨਸ਼ੇ ਨਾ ਬਣਦਾ, ਨਾ ਕੁਛ ਹੋਣਾ, ਇਹ ਆ ਗਿਆ ਫਿਰ ਕਾਂਗਰਸ ਦਾ ਵੀ, ਇਹ ਆ ਗਿਆ ਫਿਰ ਕਾਂਗਰਸ ਦਾ ਵੀ, ਇਹੀ ਘੁਰਨਾ ਆਪਣੇ ਸੈਪਰੇਟਲੀ, ਜਿਵੇਂ ਕਿ ਹੁਣ ਤੱਕ ਆਇਆ ਜੇ ਇਹੀ ਕੁਛ ਇਹਨਾਂ ਦਾ ਚੱਲਦਾ ਰਿਹਾ ਤਾਂ ਇਹਨਾਂ ਨੇ ਆਪਦਾ ਵਿਵਾਹ ਗਰੁੱਪ ਕੀਤਾ, ਅਕਾਲ ਤਖ਼ਤ ਜਥੇਦਾਰ ਜੇਲ ਦੇ ਵਿਚ ਆ, ਜਿਹੜਾ ਤੁਸੀਂ ਕੋਈ ਲੀਡਰ ਦਾ ਨਾਂ ਲਓ ਮਿਲੀਟੈਂਟ ਸਟਰਗਲ ਦੇ ਵਿਚ ਵੀ, ਬਾਦਲ ਸਾਹਿਬ ਨੇ ਏਜੰਸੀਆਂ ਦਾ ਵੀ ਬਾਪ ਆ, ਜਾਣੀ ਬਾਦਲ ਸਾਹਿਬ ਸਿਆਣਾ ਜਿਹਨੇ ਭੰਗ ਦੇ ਨਾਲ ਸਟਰਗਲ ਦੇ ਨਾਲ ਸਿੱਖਾਂ ਨੂੰ ਕਾਬੂ ਕੀਤਾ ਹੋਇਆ, ਸਿੱਖਾਂ ਦੀ ਵਿਰੋਧਤਾ ਖਤਮ ਕਰਨ ਦੇ ਵਿੱਚ ਕਾਂਗਰਸ ਦਾ ਰੋਲ ਜਾਂ ਏਜੰਸੀ ਦਾ ਰੋਲ ਉਹਨਾਂ ਨੇ ਹੈ ਬਾਦਲ ਸਾਹਿਬ ਨੇ ਕੀਤਾ, ਮੈਨੂੰ ਵੀ ਜਿਹੜਾ ਵੀ ਫੀਲਡ ਦੇ ਵਿੱਚ ਅਦਰ ਦੈਨ ਆਪ ਜਾਂ ਉਹਨਾਂ ਤੋਂ ਬਿਨਾਂ ਕੋਈ ਸਿੱਖ ਗਰੁੱਪ ਕੋਈ ਵੀ ਕੰਟਰੀਬਿਊਟ ਕਰ ਸਕਦਾ, ਈਵਨ 2 ਸਾਲ ਲਾਉਣੇ, ਹਾਂਜੀ ਹਾਂਜੀ, ਇਲੈਕਸ਼ਨ ਆਉਣੀ ਹੈ ਉਹਦੇ ਵਿੱਚ ਮੈਨੂੰ ਨੀ ਲੱਗਦਾ
ਇਹਨਾਂ ਦਾ ਕੋਈ ਮੂੰਹ ਮੱਥਾ ਬਣੂਗਾ ਕਿਉਂਕਿ ਸਾਰੇ ਤਾਂ ਬਾਦਲ ਨੇ ਦੇਖਿਆ। ਜੀ ਜੀ ਤਾਂ ਗਿਲ ਸਾਹਿਬ ਲਾਈਕ ਆਮ ਸੋ ਸੋਰੀ ਟੂ ਕਟ ਯੂ ਬਿਕੋਜ਼ ਸਾਡੇ ਕੋਲ ਟਾਈਮ ਵੀ ਬਹੁਤ ਲਿਮਿਟਿਡ ਹੁੰਦਾ ਐਂਡ ਵੀ ਹੈਵ ਸੋ ਮੈਨੀ ਕੁਐਸਚਨਸ ਟੂ ਆਸਕ ਕਿਉਂਕਿ ਤੁਸੀਂ ਕਾਫੀ ਦੇਰ ਦੇ ਬਾਅਦ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ ਹੋ ਤੁਸੀਂ ਅਗਲੇ ਸਵਾਲ ਵੱਲ ਵੀ ਜਾਂਦੇ ਆ ਐਂਡ ਅਬਾਊਟ ਦਾ ਡਰੱਗ ਐਡਿਕਸ਼ਨ ਜਿਹੜੀ ਪੰਜਾਬ ਦੇ ਵਿੱਚ ਆ ਵੀ ਆਰ ਵੈਰੀ ਕਲੀਅਰ ਕਿ ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਹੀ ਇਸ ਚੀਜ਼ ਦੇ ਵਿੱਚ ਇਨਵੋਲਵ ਹੈ ਆਲਸੋ ਪਿਓ ਪੁੱਤਰ ਬਾਦਲ ਅਕਾਲੀ ਦਲ ਦੇ ਆਲਸੋ ਇਨਵੋਲਵ ਨੇ ਬਟ ਲੈਟਸ ਮੂਵ ਔਨ ਟੂ ਨੈਕਸਟ ਕੁਐਸਚਨ ਬਿਕੋਜ਼ ਨੈਕਸਟ ਕੁਐਸਚਨ 'ਤੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਬਾਰ ਬਾਰ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਹੈ ਈਵਨ ਤੋਂ ਅਕਾਲੀ ਲੀਡਰਾਂ ਨੇ ਇਸ ਉੱਤੇ ਆਪਣੇ ਮੂੰਹ 'ਚ ਘੁੰਗਰੀਆਂ ਪਾਈਆਂ ਹੋਈਆਂ ਨੇ ਈਵਨ ਆਮ ਆਦਮੀ ਪਾਰਟੀ ਤੁਸੀਂ ਗੱਲ ਕੀਤੀ ਕੇਜਰੀਵਾਲ ਸਾਹਿਬ ਨੇ ਵੀ ਇਸ ਦੇ ਉੱਪਰ ਕੋਈ ਬਿਆਨ ਨਹੀਂ ਦਿੱਤਾ ਨਾ ਹੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਸ ਉੱਪਰ ਪ੍ਰੋਪਰ ਬਿਆਨ ਦਿੱਤਾ ਤੁਸੀਂ TV84 ਰਾਹੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਹੁਣ ਤੁਸੀਂ ਇਹਨੂੰ ਨਾ ਅਕਾਲੀ ਦਲ ਨੂੰ ਬੀਜੇਪੀ ਦੇ ਬਿਨਾਂ ਨਾ ਦੇਖੋ ਇਹ ਤਾਂ ਉਹਦੇ ਰਹਿਮ ਕਰਮ ਤੇ ਹੁਣ ਉਹਨਾਂ ਨੇ ਕੀਤਾ ਬਹੁਤ ਹੋਇਆ ਜੀ ਉਹ ਜੋ ਹਾਰ ਕਰਕੇ ਨਾ ਜੇਤਲੀ ਬਾਦਲ ਸਾਹਿਬ ਨੂੰ ਤਸਵੀਰ ਉਹਨਾਂ ਨੂੰ ਬੜਾ ਖਿੱਚਿਆ ਹੋਇਆ ਜੀ ਮਿੰਟਾ ਕਰਕੇ ਇਹਨਾਂ ਨੇ ਉਹਨਾਂ ਦੀ ਨੂੰ ਬਾਦਲ ਸਾਹਿਬ ਜੀ ਨੂੰ ਮਿਨਿਸਟਰ ਲਿਆ ਹਾਂਜੀ ਉਹ ਵੀ ਬਲੈਕਮੇਲ ਕਰਦੇ ਆ ਬਾਦਲ ਆਪਦੇ ਜਾ ਚੁੱਕੇ ਮੈਂ ਮੋੜ ਕਰਾ ਦੂੰਗਾ ਫਲਾਨਾ ਕਰ ਦੂੰਗੀ ਕੋਈ ਚੰਗੀਆਂ ਕਰਦਾ ਇੱਕ ਦੂਜੇ ਨੂੰ ਦੋ ਜਾਣਦੇ ਆ ਉਹ ਡਿਫਰੈਂਟ ਵੀ ਹੈਗੇ ਬੀਜੇਪੀ ਨਾਲੋਂ ਵੀ ਜ਼ਿਆਦਾ ਤਾਂ ਬਾਦਲ ਆਰ ਐਸ ਐਸ ਹੈ ਹਾਂਜੀ ਜੇ ਆਪਾਂ ਪੋਲਸੀ ਜੇ ਆਪਾਂ ਲਈਏ ਜੋ ਉਹਨੇ ਸਾਰਾ ਖਤਮ ਕਰਤਾ ਰਜਿਸਟੈਂਸ ਪੰਜਾਬ ਦੀ ਸਟਰਗਲ ਦੀ ਸਟਰਗਲ ਕਰਨ ਦੇ ਲੋਕਾਂ ਨੂੰ ਕਿਸੇ ਨੂੰ ਗਲਾ ਧਮਕਾ ਕੇ ਕਿਸੇ ਨੂੰ ਪੈਸੇ ਨਾਲ ਕਿਸੇ ਨੂੰ ਕੋਈ ਲਾਲਚ ਦੇ ਕੇ ਸਾਰੇ ਆਪਦੇ ਕੋਲ ਸਾਰੇ ਆਪਦੀ ਝੋਲੀ ਚ ਪਾ ਲੇ ਹਾਂਜੀ ਜਵਾਬ ਦੇ ਚੁੱਕੇ ਇਹਨਾਂ ਗੱਲਾਂ ਦੇ ਪਹਿਲਾਂ ਹੀ ਗੱਲਾਂ ਆ ਗਈਆਂ ਨੇ ਬਾਦਲ ਨੂੰ ਆਪਾਂ ਬੀਜੇਪੀ ਤੋਂ ਡਿਫਰੈਂਟ ਨਾ ਦੇਖੋ ਬਾਦਲ ਨੂੰ ਕਿਉਂ ਸਟੇਟਮੈਂਟ ਦੇਣਗੇ ਹਾਂਜੀ ਸਟੇਟਮੈਂਟ ਆਈ ਹੈ ਦਲ ਖਾਲਸਾ ਵਾਲਿਆਂ ਦੀ ਹਾਂਜੀ ਹੋਰ ਕਿਸੇ ਦੀ ਨਹੀਂ ਆਈ ਇੱਥੇ ਕਿਸੇ ਗਰੁੱਪ ਦੀ ਨਹੀਂ ਆਈ ਹੈ ਕਿਉਂਕਿ ਸਾਰੇ ਗਰੁੱਪ ਥਰਡ ਸਿੱਖਾਂ ਦੀ ਥਰਡ ਫੋਰਸ ਅਦਰ ਦੈਨ ਕਾਂਗਰਸ ਤੇ ਬੀਜੇਪੀ ਪੰਜਾਬ ਚ ਹੈ ਨੀ ਜੇ ਸੀਗੀ ਤਾਂ ਬਾਦਲ ਨੇ ਉਹਨੂੰ ਡਰਾ ਧਮਕਾ ਕੇ ਕਹੋ ਉਹਨੇ ਕਹੋ ਕਰਾਪਟ ਸੀਗੀ ਠੀਕ ਹੋਇਆ ਇਹਨੇ ਰੇ ਠੀਕ ਹੋ ਗਿਆ ਤੇ ਜਿਹੜੇ ਅੱਜ ਬਾਦਲ ਦੇ ਕੋਲ ਚਲੇ ਗਏ ਕਿਸੇ ਵੀ ਕਾਰਨ ਕਰਕੇ ਚਲੇ ਗਏ ਚਾਹੇ ਉਹ ਸਤਪਾਲ ਦੇ ਬੰਦੇ ਹੈ ਚਾਹੇ ਉਹ ਕਿਸੇ ਹੋਰ ਬੰਦੇ ਹੈ ਉਹ ਜਿਹੜੇ ਬਾਦਲ ਨਾਲ ਰਲ ਗਏ ਸਮਝ ਲਓ ਵੀ ਸਿੱਖਾਂ ਦੇ ਹੈ ਨੀ ਸੀ ਨਾ ਉਹਨੂੰ ਤਾਂ ਆਪਾਂ ਹੱਥ ਰੱਖ ਕੇ ਰਹੇ ਹਾਂ ਜਿਹੜੇ ਬੰਦੇ ਬੈਠੇ ਬਹੁਤ ਬੈਠੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਪੰਜਾਬ ਬਹੁਤ ਬੰਦੇ ਬੈਠੇ ਆ ਜਿਹਨਾਂ ਨੇ ਆਪ ਨੂੰ ਜਿਤਾਇਆ ਆਪ ਦੀ 24% ਵੋਟ ਉਹਨਾਂ ਬੰਦੇ ਵੀ ਆਈ ਹੈ ਉਹ ਬੰਦੇ ਨੇ ਜਿਹੜੇ ਸਿੱਖ ਸੋਚ ਦੇ ਧਾਰਨੀ ਨੇ ਪੰਜਾਬ ਦੇ ਧਾਰਨੀ ਨੇ ਹੱਕ ਤੱਕ ਦੀ ਲੜਾਈ ਬੰਦੇ ਜਿਹਨਾਂ ਨੇ ਆਪ ਨੂੰ ਸਪੋਰਟ ਕੀਤੀ ਹੈ ਆਪ ਉਹਨਾਂ ਨੂੰ ਬਸ ਇੰਨਾ ਕੁ ਕੈਸ਼ ਕਰਦੀ ਹੈ ਤੇ ਸਿੱਖ ਗਰੁੱਪ ਆਪ ਨਾਲ ਰਲ ਕੇ ਜਾਂ ਆਪਦੇ ਆਪ ਕੀ ਗੱਲ ਕਰਦੇ ਹੈ ਇਹ ਫਿਊਚਰ ਦੱਸੂਗਾ ਪਰ ਮੈਂ ਜਿਹੜੀ ਬਾਹਰਲੇ ਸਿੱਖਾਂ ਨੂੰ ਗੱਲ ਕਹਿਣੀ ਚਾਹਵਾਂ ਉਹ ਇਹ ਹੈ ਵੀ ਬਾਹਰਲੇ ਸਿੱਖ ਬਹੁਤ ਸਾਡੀ ਹਿਊਮਰਸ ਮੂਵਮੈਂਟ ਬਾਹਰਲੇ ਸਿੱਖਾਂ ਕਰਕੇ ਚੱਲੀ ਮੇਰਾ 50% ਟਾਈਮ ਹੈ ਪਹਿਲੇ 5-7 ਸਾਲ ਬਾਹਰ ਲੱਗਿਆ ਲੋਬੀ ਕਰਨੀ ਸੀ ਇੱਥੇ ਤਾਂ ਕੁਛ ਹੁੰਦਾ ਨੀ ਸੀਗਾ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੇ ਇਹਨਾਂ ਨੂੰ ਬਾਹਰਲੇ ਸਿੱਖਾਂ ਨੂੰ ਪਹਿਲਾਂ ਆਪ ਇਕੱਠੇ ਹੋਣ ਆਪ ਇਕੱਠੇ ਹੋ ਗਏ ਜੇ ਨਹੀਂ ਵੀ ਇਕੱਠੇ ਹੁੰਦੇ ਤਾਂ ਜਿਹੜੇ ਇੰਡੀਵਿਜੁਅਲ ਗਰੁੱਪ ਵੀ ਨੇ ਜਿਹੜੇ ਮੈਟਰ ਕਰਦੇ ਬਹੁਤ ਮੈਟਰ ਕਰਦੇ ਆ ਥੋੜਾ ਉਹਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਵੀ ਆਪ ਦੇ ਵਿੱਚ ਜਿਹੜੇ ਚਲੇ ਗਏ ਠੀਕ ਨੇ ਉਹਨਾਂ ਨੂੰ ਉਹਦੇ ਬਾਰੇ ਕਿੰਚੂ ਪ੍ਰਾਪਤੀ ਦੀ ਲੋੜ ਨਹੀਂ ਹੈ ਵੀ ਜਿਹੜੀ ਆਪ ਨਾਲ ਰਲ ਕੇ ਜਾਂ ਅਦਰਵਾਈਜ਼ ਕਿਹੜੇ ਬੰਦੇ ਨੇ ਜਿਹੜੇ ਚੁੱਪ ਕਿਤੇ ਬੈਠੇ ਆ ਡਰਾਈ ਧਮਕਾਏ ਹੋਏ ਆ ਜਾਂ ਕੁਛ ਆ ਚੁੱਪੇ ਬੈਠੇ ਨੇ ਤਾਂ ਬਾਦਲ ਨਾਲ ਰਲੇ ਹਾਂਜੀ 24% ਨੇ ਹਾਂਜੀ ਜਦੋਂ ਸਿੱਖ ਖੁੱਲ ਕੇ ਨਾਲ ਆ ਗਏ ਆਪ ਦੇ ਨਾਲ ਆ ਗਏ ਜਾਂ ਕੋਈ ਆਪਣਾ ਮੂੰਹ ਮੱਥਾ ਬਣਾਇਆ ਹੁਣ ਤਾਂ ਇੱਕ ਵੀ ਬੰਦਾ ਨੀ ਰਹਿ ਕਹਿਣ ਨੂੰ ਹੈ ਇੱਥੇ ਕੋਈ ਬਾਦਲ ਤੋਂ ਬਿਨਾਂ ਕੋਈ 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 ਅਕਾਲੀ ਦਲ ਦਾ ਜਿਹੜੀ ਵਿਧਨ ਸਿੱਖ ਆਪੋਜੀਸ਼ਨ ਗਰੁੱਪ ਬਾਦਲ ਦਾ ਕੋਈ ਹੈ ਹੀ ਨੀ ਸਿੱਖਾਂ ਦੀ ਰੈਜ਼ਿਸਟੈਂਸ ਜਿਹੜੀ ਬਾਰਗੇਨਿੰਗ ਪੂਰੀ ਹੋਈ ਉਹ ਸਾਰੇ ਪੋਲੀਟੀਸ਼ੀਅਨ ਨੇ ਪਹਿਲਾਂ ਦੌੜਿਆ ਉਹਨਾਂ ਨੇ ਨਸ਼ੇ ਬਾੜ ਕੇ ਪੰਜਾਬ ਚ ਖਤਮ ਕਰ ਦਿੱਤੀ ਹੈ ਹੁਣ ਇੱਥੇ ਲਾਚਾਰ ਨੇ ਜਿਹੜੇ 24% ਲੋਕ ਹੈ ਤਾਂ ਆਪ ਨੂੰ ਉਹਨਾਂ ਨੇ ਵੋਟਾਂ ਪਾਈਆਂ ਨੇ ਕਿਉਂਕਿ ਸਿੱਖਾਂ ਦਾ ਕੋਈ
ਜਿਹੜਾ ਡੈਮੋਕ੍ਰੈਟਿਕਲੀ ਕੋਈ ਉਸ ਲੈਵਲ ਦਾ ਗਰੁੱਪ ਆਪਸੀ ਸਹਿਮਤੀ ਨਹੀਂ ਹੋ ਸਕਦੀ, ਇਹਦੇ ਲਈ ਬਾਹਰਲੇ ਸਿੱਖ ਬਹੁਤ ਬੜਾ ਯੋਗਦਾਨ ਪਾ ਸਕਦੇ ਆ। ਬਹੁਤ ਬਹੁਤ ਆਪ ਨੂੰ ਵੀ ਇਹਨਾਂ ਨੇ ਬਹੁਤ ਸਪੋਰਟ ਕੀਤੀ ਆ, ਇਸ ਕਰਕੇ ਕੀਤੀ ਆ ਵੀ ਸਾਡਾ ਆਪਣਾ ਕੋਈ ਨੀ ਹੈ। ਹਾਂਜੀ, ਸਾਡੇ ਆਪਣੇ ਜਿਹੜੇ ਖੜੇ ਸੀਗੇ ਉਹਨਾਂ ਚ ਜੋੜੀਆਂ ਪਈਆਂ, ਕੋਈ ਕਿਤੇ ਕਿਤੇ ਲੱਭਿਆ ਨੀ ਹੈ ਜੀ। ਦੇਸ਼ ਦੇ ਲਈ ਹਰਾਇਆ, ਆਪ ਨੇ ਹਰਾਇਆ ਤਾਂ ਉਹਨੂੰ ਕੈਪਟਨ ਨੇ ਹਰਾਇਆ। ਕੈਪਟਨ ਕੰਪੈਰੇਟਿਵਲੀ ਬਹੁਤ ਬਹੁਤ ਹੈਰਾਨੀਜਨਕ ਔਰ ਬਿਲਕੁਲ ਗੱਲ ਹੈ ਜੀ। ਅਸੀਂ ਵਿਕਟਿਮ ਹੋਣ ਦੇ ਨਾਤੇ, ਹਾਂਜੀ, ਜਿਹੜੇ ਬੰਦਿਆਂ ਨੇ ਸਾਨੂੰ ਮਾਰਿਆ, ਜਿਹੜੇ ਬੰਦੇ ਗਲੇ ਹੋਏ ਨੇ ਜੀ, ਉਹਨਾਂ ਦਾ ਸਾਰਾ ਤੱਕਦੇ ਆ। ਆਪਦੇ ਆਪ ਪਾਵਰ ਨੂੰ ਕੰਸੋਲੀਡੇਟ ਨਹੀਂ ਕਰਦੇ, ਇਕੱਠੇ ਨਹੀਂ ਹੁੰਦੇ। ਪੰਜਾਬ ਚ ਫੀਲਡ ਜਿਹੜੇ ਬੰਦੇ ਨੇ ਜਿਹੜੇ ਕੋਈ ਕਰ ਸਕਦੇ ਆ, ਜਿਹਨਾਂ ਦਾ ਕੋਈ ਯੋਗਦਾਨ ਹੋ ਸਕਦਾ, ਜਿਹੜੇ 24% ਦੇ ਨੁਮਾਇੰਦੇ ਬੈਠੇ ਆ ਜਾਂ 24% ਉਹਨਾਂ ਨੂੰ ਤੁਸੀਂ ਕਹਿੰਦੇ ਐਕਸਪਲੋਰ ਕਰਨਾ, 24% ਨੂੰ ਤੁਸੀਂ 10% ਵਧਾ ਦੋ ਤਾਂ ਇੱਥੇ ਰਾਜ ਉਹਨਾਂ ਦਾ ਆ ਸਕਦਾ ਜੀ। ਆਪ ਵੀ ਇਸੇ ਕਰਕੇ ਨਾ ਵੀ ਜਾਂ 24% ਤੋਂ ਥੋੜੀ ਵਧੀ 30-32% ਆਏ, ਇੰਨੀ ਕਰਾ ਮਿਨਿਸਟਰੀ ਬਣ ਜਾਂਦੀ ਹੈ। ਹਾਂਜੀ ਜੀ, ਬਿਲਕੁਲ। ਤਾਂ ਆਈ ਮੀਨ ਵੀ ਡੂ ਅੰਡਰਸਟੈਂਡ ਗਿੱਲ ਸਾਹਿਬ ਵਾਟ ਯੂ ਟ੍ਰਾਈਂਗ ਟੂ ਸੇ ਕਿ ਲਾਈਕ ਸਿੱਖਾਂ ਨੂੰ ਇੱਕ ਇੰਡੀਵਿਜੂਅਲ ਆਪਣਾ ਪਲੈਟਫਾਰਮ ਬਣਾਉਣਾ ਚਾਹੀਦਾ ਤਾਂ ਕਿ ਸਾਨੂੰ ਕਿਸੇ ਹੋਰ ਪਾਰਟੀਆਂ ਵੱਲ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ। ਦੈਨ ਵੀ ਸ਼ੁਡ ਹੈਵ ਅ ਓਨ ਪਲੈਟਫਾਰਮ ਤਾਂ ਕਿ ਅਸੀਂ ਆਪਣੇ ਮੁੱਦਿਆਂ ਤੇ ਆਪਣੇ ਬਾਰੇ ਗੱਲਬਾਤ ਕਰ ਸਕੀਏ। ਆਈ ਡੂ ਅੰਡਰਸਟੈਂਡ ਦੈਟ ਦੈਟਸ ਦੀ ਰੀਜ਼ਨ ਜੀ ਇਹਦੇ ਨੂੰ ਥੋੜੇ ਡਿਫਰੈਂਸ ਕਰਕੇ ਕਰਦਾ ਵੀ ਆਪਾਂ ਕਿਤੇ ਨਾ ਹੋਵੇ ਵੀ ਇੱਕ ਤਾਂ ਆਪ ਖੜ ਗਈ ਆ ਕੇ ਜਿਹੜੀ ਕਿ ਨੈਸ਼ਨਲ ਲੈਵਲ ਦੀ ਪਾਰਟੀ ਹੈ, ਹਾਂਜੀ, ਵਿਰੋਧ ਚ ਖੜ ਗਈ ਹੈ, ਉਹ ਵੀ ਗਲਤ ਹੋ ਗਈ ਗੱਲ ਜੀ ਜੀ। ਆਈ ਮੀਨ ਲਾਈਕ ਵੀ ਡੂ ਅੰਡਰਸਟੈਂਡ ਇੱਕ ਆਪ ਦੇ ਆਪ ਨੂੰ ਕੰਸੋਲੀਡੇਟ ਦਾ ਕੰਮ ਕਰਦੇ ਹੋਣ ਪਹਿਲਾਂ ਐਜੀਪੀਸੀ ਲੜ ਲੈਣ, ਹਾਂਜੀ, ਕੋਈ ਹੋਰ ਮੁੱਦੇ ਨੇ ਲੈਣਾ ਵੀ ਪਤਾ ਲੈਂਦਾ ਵੀ ਹਾਂ ਜਿਵੇਂ ਅੱਗੇ ਅਸੀਂ ਸੀਗੇ ਜਦੋਂ ਗਰੁੱਪ ਸੀਗੇ ਸਾਰੇ ਬਾਹਰ ਇਹ ਬਾਦਲ ਨਹੀਂ ਸੀ ਜੀ, ਤੇ ਬਾਦਲ ਝੋਲੀ ਚ ਹਾਂਜੀ ਸਾਡਾ ਫੋਰਸ ਦੇ ਸੀ ਅਸੀਂ ਆਲ 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 ਪਾਰਟੀ ਮੀਟਿੰਗ ਕਰਦੇ ਤੇ ਸਾਰੇ ਆ ਜਾਂਦੇ ਸੀ ਹਾਂਜੀ, ਬਾਦਲ ਤੇ ਜਿਹਨਾਂ ਕੰਡਾ ਦੀ ਮਜ਼ਦੂਰ ਆਪਦਾ ਨਾਮ ਨੇ ਹਾਂਜੀ, ਸਰਬੰਦ ਦਾ ਇਸ਼ੂ ਲੈ ਲਓ, ਪਾਣੀ ਦਾ ਇਸ਼ੂ ਲੈ ਲਓ, ਕੂਲਰ ਦਾ ਇਸ਼ੂ ਲੈ ਲਓ, ਜਿਹਦਾ ਇਸ਼ੂ ਲੈ ਲਓ, ਜਿੰਨੇ IHRO ਨੇ ਸਾਰੇ ਆਲ ਪਾਰਟੀ ਮੀਟਿੰਗ ਬੁਲਾਈ ਜੀ ਜੀ ਬਿਲਕੁਲ ਬੁਲਾਉਣੀ ਹੈ ਉਹ ਤਾਂ ਬਾਦਲ ਨਾਲ ਹੀ ਹੁਣ ਹਾਂਜੀ ਬਾਦਲ ਨਾਲ ਨੇ ਜੀ। ਨਾ ਵੀ ਅੰਡਰਸਟੈਂਡ ਗਿੱਲ ਸਾਹਿਬ, ਦੱਸ ਦੀ ਰੀਜ਼ਨ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ ਅਸੀਂ ਬਾਹਰ ਲੈ ਕੇ ਆਉਣੇ, ਦਰਸ਼ਕਾਂ ਦੇ ਰੂਬਰੂ ਕਰਵਾਉਣੇ ਬਾਹਰ ਦੇ ਦਰਸ਼ਕਾਂ ਨੂੰ ਸਪੈਸ਼ਲੀ, ਤਾਂ ਕਿ ਜਿਹੜੇ ਇੱਥੇ ਜਥੇਬੰਦੀਆਂ ਆਪਣੀ ਆਪਣੀ ਪਾਰਟੀਆਂ ਲੈ ਕੇ ਬੈਠੀਆਂ ਨੇ ਸਾਰੇ ਇੱਕ ਹੋ ਕੇ ਵੀ ਸ਼ੁਡ ਸਟਾਰ ਅਵਰ ਓਨ ਵਨ ਸੋਲਿਡ ਪਲੈਟਫਾਰਮ, ਤਾਂ ਕਿ ਸਾਨੂੰ ਸਾਰੇ ਸਿੱਖਾਂ ਨੂੰ ਇੱਕ ਪਲੈਟਫਾਰਮ ਤੇ ਅਸੀਂ ਆ ਕੇ ਆਪਣੇ ਮੈਸੇਜ ਕਨਵੇ ਕਰ ਸਕੀਆਂ। ਬਟ ਐਨੀਵੇਜ਼ ਡੀਅਰ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਸਾਡੇ ਕੁਐਸਚਨ ਦੇ ਸਵਾਲ ਜਵਾਬ ਤੁਸੀਂ ਪੂਰੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਵਕਤ ਵੀ ਹੁਣ ਸਮਾਪਤੀ ਵੱਲ ਜਾ ਰਿਹਾ, ਆਮ ਸੋ ਸੋਰੀ ਕਿ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ, ਸਮੇਂ ਸਮੇਂ ਅਸੀਂ ਬਾਕੀ ਕੁਐਸਚਨ ਲਈ ਵੀ ਤੁਹਾਨੂੰ ਅਸੀਂ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ, ਪਰ ਹੁਣ ਸਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ, ਤਾਂ ਇੱਥੋਂ ਤੱਕ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।